ਸਾਸਰੀ ਗਾਲ ਬਿਰਜੀ ਮੈਂ ਥਾਰਾ ਗੱਲਾਂ ਗੱਲ ਆਕੜ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਡੇੜੇ ਪ੍ਰੋਗਰਾਮ ਕੇ ਵਿੱਚ ਮਾ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਅੱਜ ਕੀਆ ਬੜੀਆਂ ਖਬਰਾਂ ਥਾਰੇ ਗੱਲ ਕਰਾਂਗਾ ਸੰਜੀਆਂ ਹਰ ਜਿਸਕੇ ਵਿੱਚ ਮਾ ਕੱਲ ਕੀ ਜਿਹੜੀ ਖਾਸ ਸਰ ਬੜੀ ਖਬਰ ਆਮ ਆਦਮੀ ਪਾਰਟੀ ਕੀ ਕਹ ਸਰਕਾਰ ਆਣ ਤੇ ਬਾਦ ਪੰਜਾਬ ਕਾ ਖਜ਼ਾਨਾ ਭਰਨਾ ਸ਼ੁਰੂ ਹੋ ਗਿਆ ਜੋ ਬਾਤ ਪੰਜਾਬ ਕਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਕਾ ਹਮ ਮਾਲੀਏ ਕੇ ਵਿੱਚ ਮਾ 30% ਵਾਧਾ ਹੋ ਗਿਆ ਇਹ ਭਗਵੰਤ ਮਾਨ ਦਾ ਬਿਆਨ ਪਰ ਇਕ ਵਾਰ ਸੋਚਣ ਵਾਲੀ ਵੀ ਜੇ 30% ਵਾਦਾ ਹੋ ਗਿਆ ਫਿਰ 6-7 ਮਹੀਨਿਆਂ માં ਇਹ ਖਜ਼ਾਨਾ ਫੁੱਲ ਹੋ ਜਾਏਗਾ ਕਿਉਂਕਿ 2 ਮਹੀਨਿਆਂ માં ਇਹ ਰਿਪੋਰਟ ਜਿਹੜੀ ਨਿਕਲ ਕਾਈ ਵੀ ਇਤਨੀ ਵਧੀਆ ਆ ਗਈ ਭਈ ਈਬ 6-7 ਮਹੀਨਿਆਂ માં ਇਹ ਕਹਿ ਸਕਾ ਆਪਾਂ ਵੀ ਖਜ਼ਾਨਾ ਪੂਰਾ ਭਰ ਜਾਏਗਾ ਪਰ ਇਕ ਵਾਰ ਸੋਚਣ ਵਾਲਿਓ ਯੋ ਬਈ ਇਹ ਵੀ ਜੋ ਜਿਹੜੇ ਆਮ ਆਦਮੀ ਪਾਰਟੀ ਵਾਲੇ ਵੀ ਚਲਾਕੀ ਕਰ ਰਹੇ ਜਾਂ ਫਿਰ ਲੋਕਾਂ ਨੂੰ ਸੱਚਮਾ ਹੀ ਉਹ ਬਾਤ ਦੱਸ ਰਹੇ ਵਿਖਿਆਨਾ ਭਰ ਗਿਆ ਕਿਉਂਕਿ ਜੋ ਸਲਾਹ ਕਰਦੇ ਨਹੀਂ ਬਿਆਨ ਦੇਦਾ ਸਵੇਰੇ इनका बयान को शोभा शाम नु को शोभा ਇਬਾ ਪਹਿਲਾ ਸਲਾਹ ਕਰਨੋਂ ਵੀ ਖਜ਼ਾਨਾ ਭਰ ਗਿਆ ਜਾਂ ਖਜ਼ਾਨਾ ਖਾਲੀ ਕਿਉਂਕਿ ਜਦ ਕੱਲੂ ਕਿਸੇ ਮਹਿਕਮੇ ਵਾਲਿਆਂ ਨੇ ਚੱਕ ਲਿਆ ਯੂਚੰਡਾ ਉਸੇ ਦਿਨ ਕਹਦੇਗੇ ਖਜ਼ਾਨਾ ਖਾਲੀ ਭਾਰ ਦੇ ਖਜ਼ਾਨਾ ਖਾਲੀ ਫੇਰ ਵੀਰ ਇੱਕ ਬਾਤ ਯੋ ਦੱਸੋ ਵੀ ਇਹ ਖਜ਼ਾਨਾ ਭਰ ਲੱਗ ਗਿਆ ਫੇਰ 2 ਮਹੀਨਿਆਂ ਦੇ ਵਿੱਚ ਮਾਂ 8000 ਕਰੋੜ ਰੁਪਏ ਦਾ ਕਰਜ਼ਾ ਥਾਣਾ ਕਿਉਂ ਚੱਕਿਆ 8000 ਕਰੋੜ ਦਾ ਕਰਜ਼ਾ ਖਜ਼ਾਨੇ ਦੇ ਵਿੱਚ ਮਾਂ ਪਹਿਲਾਂ ਵੀ ਇਹ ਖਜ਼ਾਨਾ ਖਾਲੀ ਤੋਂ ਹੈ ਨਹੀਂ ਖਜ਼ਾਨਾ ਤੋਂ ਭਰਿਆ ਵਾ ਪਹਿਲਾਂ ਹੀ ਵੀਰ ਮਾਂ ਕਰਜ਼ੇ ਗੱਲ ਭਰਿਆ ਵਾ ਔਰ ਸਪੀਕਰ ਸਾਹਿਬ ਥਾਰੇ ਸੰਧਵਾ ਜੀ ਕਹਿ ਰਹੇ ਤੇ ਕਹਿਆ ਖਜ਼ਾਨਾ ਖਾਲੀ ਘਰ ਰੌਣਕਾ ਲੱਗ ਲੈਣ ਦਿਓ ਕਾ ਖਜ਼ਾਨੇ ਦੇ ਉੱਪਰ ਫੇਰ ਕਾ ਜਨਾਨੀ ਨੂੰ ਹਜ਼ਾਰ ਹਜ਼ਾਰ ਦਵਾਂਗੇ ਮਤਲਬ ਉਹਨਾਂ ਨੇ ਵੀ ਇਹੋ ਮੰਨਿਆ ਵੀ ਖਜ਼ਾਨੇ ਵਿੱਚ ਪੈਸਾ ਹੈ ਨਹੀਂ ਹਲੇ ਜਦ ਆਵੇਗਾ ਪੈਸਾ ਫੇਰ ਦਵਾਂਗੇ ਔਰ ਇੱਕ ਪਾਸੇ ਇਹੋ ਕਹ ਲੋ ਕਰਜ਼ਾ ਚੱਕੀ ਜਾ ਰਹੇ ਦੂਸਰੇ ਪਾਸੇ ਕਹਿਆ ਖਜ਼ਾਨਾ ਭਰ ਗਿਆ ਖਜ਼ਾਨਾ ਭਰ ਗਿਆ ਯੋਗ ਤੁੱਕ ਬਣਦੀ ਨਹੀਂ ਵੀਰਾ ਖਜ਼ਾਨਾ ਭਰ ਗਿਆ ਇਸ ਨੂੰ ਕਿਆ ਕਰਾ ਮਜ਼ਦੂਰਾਂ ਨੂੰ ਤਾਂ ਇੱਕ ਸੁਣਸਣਾ ਨਹੀਂ ਦਿਆ ਇੱਕ ਚੱਜ ਦੀ ਚੀਜ਼ ਨਹੀਂ ਮਿਲੀ ਤੱਕ ਕੇਜਰੀਵਾਲ ਕਿਆਂ ਗਰੰਟੀਆਂ ਨੂੰ ਛੱਡੋ ਜੇ ਥਾਰਾ ਖਜ਼ਾਨਾ ਭਰ ਗਿਆ ਫਿਰ ਹਰੇਕ ਜਨਾਨੀ ਨੂੰ ਹਜ਼ਾਰ-ਹਜ਼ਾਰ ਦਿਓ ਔਰ ਜੇ ਪੈਸੇ ਫਿਰ ਬਚ ਗਏ ਥਾਰੇ ਖਜ਼ਾਨੇ ਦੇ ਵਿੱਚ ਫਿਰ ਥੰਮ ਕਿਸਾਨਾਂ ਨੂੰ ਮੂੰਗੀ ਦੇ ਉੱਪਰ ਬੋਨਸ ਦੇ ਦਿਓ ਪਰ ਮਜ਼ਦੂਰ ਔਰ ਦੁਕਾਨਦਾਰਾਂ ਵਾਸਤਾ ਥੰਮ ਕੁਛ ਨਾ ਕਰਿਓ ਯੋ ਬਾਤ ਕਹਿ ਸਕਾਂ ਖੈਰ ਉਧਰ ਆਮ ਆਦਮੀ ਪਾਰਟੀ ਇਹੋ ਕੈਪਟਨ ਅਮਰਿੰਦਰ ਪਟਿਆਲੇ ਵਾਲੇ ਰਾਜੇ ਤੇ ਕਹਿਆ ਪਿਛਲੀ ਸਰਕਾਰ ਮਹ ਪ੍ਰਸ਼ਤ ਮੰਤਰੀ ਦੇ ਜਿਹੜੇ ਇਹਨਾਂ ਕੀ ਲਿਸਟਾ ਮੰਗਰੇਗਾ ਲਿਸਟਾਂ ਲੇਕਾਓ ਲਿਸਟਾਂ ਲੇਕਾਓ ਪਰ ਮੈਨਾ ਯੋ ਕਰ ਵੀ ਕੈਪਟਨ ਸਾਹਿਬ ਆਪਣੇ ਆਪ ਦੱਸਾਂ ਵੀ ਬਾ ਕਿਤਨੇ ਇਮਾਨਦਾਰ ਆਪਣੀ ਇਮਾਨਦਾਰੀ ਦਾ ਪ੍ਰਮਾਣ ਸਭ ਤੋਂ ਪਹਿਲਾਂ ਕੈਪਟਨ ਸਾਹਿਬ ਨੂੰ ਦੇਣਾ ਚਾਹੀਦਾ ਬਾਕੀ ਬਖਸ਼ਿਆ ਕੋਈ ਨਹੀਂ ਜਾਣਾ ਚਾਹੀਦਾ ਯੋ ਬਾ ਕਰੀਅਰ ਕੈਪਟਨ ਨੂੰ ਕਾਰਵਾਈ ਕਰਨ ਤੇ ਡਰ ਲੱਗੇ ਕਰਤਾ ਕੈਪਟਨ ਆਪਣੇ ਟਾਈਮ ਮੈਂ ਖੁਦ ਯੋ ਕਹਿ ਰਿਹਾ ਆ ਕਿ ਬਹੁਤ ਬੰਦੇ ਹੈ ਤੇ ਇਸ ਤਰ੍ਹਾਂ ਕੇ ਜੇ ਉਸ ਟਾਈਮ ਕੈਪਟਨ ਨੂੰ ਡਰ ਲੱਗ ਰਿਹਾ ਤਾਂ ਈਵ ਕਿਆ ਕਹਿ ਸਕਾਂ ਵੀ ਕੈਪਟਨ ਈਵ ਬਦਲੇਗੀ ਰਾਜਨੀਤੀ ਕਰ ਰਿਹਾ ਕਿਆ ਈਵ ਕੈਪਟਨ ਵਾ ਮੰਤਰੀਆਂ ਤੇ ਬਦਲੇ ਲਵੇਗਾ ਕੈਪਟਨ ਨੇ ਜਿਹੜੇ ਮੰਤਰੀ ਯੋ ਕਹਿ ਸਕਾਂ ਵੀ ਕੈਪਟਨ ਨੇ ਜਿਹੜੇ ਮੰਤਰੀ ਭਾਜਪਾ ਨਹੀਂ ਜਾਂਦੇ ਈਬ ਕਿਆ ਪਤਾ ਵੀ ਰਾਜਾ ਤਾਂ ਹਨ ਉਹਨਕੇ ਨਾਲੇ ਦੇ ਮਿਥਮ ਕਿਉਂ ਨਹੀਂ ਗਏ ਇਸ ਕਰਕੇ ਕਈ ਮੰਤਰੀਆਂ ਕੇ ਯੋ ਕਹ ਲੋ ਖੇਮੇ ਕੇ ਵਿੱਚ ਡਰ ਕਾ ਮਾਹੌਲ ਬਣਿਆ ਹੋ ਗਿਆ ਰਾਜੇ ਨੇ ਤਾਂ ਮੂੰਹੇ ਲਾਣਾ ਵੀ ਉਹ ਬੰਦਾ ਇਤਰਾ ਦਾ ਅਰ ਬੰਨੂ ਯੋ ਡਰ ਪੈ ਰਿਆ ਵੀ ਜਿਹੜਾ ਮਲੂਆ ਵਾਲਾ ਸਾਧੂ ਧਰਮ ਸੋਤਾ ਇਸ ਕਾ ਨਾਂ ਵੀ ਆ ਤੱਕ ਕਲੀਨ ਚਿੱਟਿਸ ਨੂੰ ਮਿਲੀ ਦੀ ਇਹ ਵਾਕਲੀਂ ਚਿੱਟਾ ਅਸਲੀ ਦੀ ਕਿ ਨਕਲੀ ਦੀ ਇਹ ਤਾਂ ਰਾਜਾ ਹੀ ਦੱਸੇਗਾ ਪਰ ਜੋ ਬਾਤ ਪੱਕੀ ਵੀ ਪੰਜਾਬ ਕੇ ਅੰਦਰ ਕਿਤੇ ਨਾ ਕਿਤੇ ਬਦਲਾਅ ਕੀ ਜਿਹੜੀ ਰਾਜਨੀਤੀ ਬਾ ਦੇਖਣ ਨੂੰ ਮਿਲ ਰਹੀ ਆਰਦਰ ਸੰਗਰੂਰ ਕੇ ਵਿੱਚ ਮਾ ਸੀਐਮ ਭਗਵੰਤ ਮਾਨ ਕੀ ਭੈਣ ਕੇ ਪੋਸਟਰ ਲਾਤੇ ਪਤ ਨਹੀਂ ਕਿਸਨਾਂ ਕਾ ਲੋਕ ਸਭਾ ਕੇ ਵਿੱਚ ਮਾਮਾਦਮੀ ਪਾਰਟੀ ਕੀ ਯੋ ਬੀਬੀ ਨੂੰ ਉਮੀਦਵਾਰ ਬਣਾਓ ਮਾਨਪ੍ਰੀਤ ਕੌਰ ਨੂੰ ਆਰ ਇੱਕ ਬਾਤ ਈਬ ਕਲੀਅਰ ਨਿਕਲ ਕਾਣ ਲੱਗੀ ਵੀ ਪਰਿਵਾਰ ਵਾਰ ਪਰਿਵਾਰ ਬਾਦ ਈਬ ਕਿੱਥਾ ਗਿਆ 70 ਸਾਲ ਜਦ ਲੰਘ ਲਿਏ ਬਾ ਬੰਦੇ ਜਦ ਕਿਉਂ ਨਹੀਂ ਬੋਲੇ ਜਿਹੜੇ ਬੰਦੇ ਈਬ ਯੋ ਚੀਜ਼ ਨੂੰ ਚੱਕ ਰਹੇ ਵੀ ਪਰਿਵਾਰ ਵਾਰ ਕਿੱਥਾ ਪਰਿਵਾਰ ਵਾਰ ਕਿਉਂ ਲੈ ਕਾਰਿਆ ਭਗਵਾਨਤਮਾਨ ਅੱਗਾ 70 ਸਾਲਾਂ ਬਾ ਬੰਦੇ ਕੁਛ ਨਹੀਂ ਬੋਲੇ ਆਰ ਯੋ ਮਤਲਬ ਚਾਈਡ ਵਾਲੇ ਕਹ ਰਹੇ ਕਾ ਪਰਿਵਾਰ ਵਾ ਦਾ ਆਪਾਂ ਨੇ ਖਤਮ ਕਰਨਾ ਆਰ ਇਸ ਨੂੰ ਜੋ ਕਹ ਰਹੇ ਜੀ ਖਤਮ ਕਰਨ ਵਾਸਤਾ ਮਨ ਜੋ ਮਰਜੀ ਕੁਛ ਕਰਨਾ ਪਾਵੇ ਪਰ ਉਧਰ ਸੰਗਰੂਰ ਵਾਲੇ ਕਹ ਰਹੇ ਕਹਾ ਵੀ ਬੀਬੀ ਨੂੰ ਟਿਕਟ ਦੇਓ ਯੋ ਬੀਬੀ ਬਹੁਤ ਇਮਾਨਦਾਰ ਔਰ ਇਮਾਨਦਾਰ ਤੋਂ ਸਾਰੀ ਪਾਰਟੀਆਂ ਦੀ ਵੀਰ ਇਮਾਨਦਾਰ ਤੋਂ ਹੀ ਸਿੰਗਲਾ ਵੀ ਤਾਂ ਪਰ ਕਿਦੇ ਨੇ ਕਿਤੇ ਇਵਾਮ ਆਦਮੀ ਪਾਰਟੀ ਦੇ ਵਿੱਚ ਮਾ ਇਹਨਾਂ ਬਾਤਾਂ ਮਲੇਗਾ ਹਲਚਲ ਹੋਣ ਲੱਗ ਗਈ ਕਿਆ ਭਗਵੰਤ ਮਨ ਸੰਗਰੂਰ ਵਾਲੀ ਸੀਟ ਕੇ ਉੱਪਰ ਆਪਣੇ ਪੈਣ ਨੂੰ ਟਿਕਟ ਦੇ ਕਾ ਇਹੋ ਜਿਹੜਾ ਪਰਿਵਾਰਵਾਦ ਈਸ ਨੂੰ ਖਤਮ ਕਰੇਗਾ ਜਾਂ ਈਸ ਨੂੰ ਅੱਗਾ ਤੋਰੇਗਾ ਕਿਉਂਕਿ ਵੀਰੇ ਇਹੋ ਬਾਤ ਮੰਨਣੇ ਪਾਵੇਗੀ ਝਾੜੂ ਵਾਲੇ ਕਾਰ ਆਪਣੀ ਮਰਜ਼ੀ ਰਹਿ ਈ ਕੋਈ ਮੰਨੈ ਚਾਹ ਨਾ ਮੰਨੈ ਇਹੋ ਬਾਤ ਕੀ ਬਾਤ ਪਰ ਪਰਿਵਾਰਵਾਦ ਸ਼ਬਦ ਈਵ ਕਿੱਥਾ ਗਿਆ ਇਹ ਦੱਸੋ ਵੀ ਸੰਗਰੂਰ ਦੇ ਵਿੱਚ ਮੈਂ ਕਹਾ ਆਮ ਆਦਮੀ ਪਾਰਟੀ ਦੇ ਵਰਕਰ ਹੈ ਨਹੀਂ ਪਰਿਵਾਰਵਾਦ ਭੰਡੀ ਯਾਰੇ ਆਮ ਆਦਮੀ ਪਾਰਟੀ ਦਾ ਸਬਦਾਨ ਦੇ ਮਤਲਬ ਅਕਾ ਮਗਰ ਇੱਕ ਪਰਵਾਰਵਾ ਤੇ ਦੋ ਬੰਦਰ ਟਿਕਟ ਨਹੀਂ ਦੇ ਉਹ ਕੇਜਰੀਵਾਲ ਵੀ ਕਹਿ ਰਿਹਾ ਤਾਂ ਕਿ ਆ ਸੰਗਰੂਰ ਦੇ ਵਿੱਚ ਮਾ ਕੋਈ ਇਤਨਾ ਯੋਗ ਬੰਦਾ ਹੈ ਨਹੀਂ ਜਿਹੜੇ ਨੂੰ ਯੋ ਲੋਕ ਸਭਾ ਗਿਆ ਵੋਟਾਂ ਦੇ ਵਿੱਚ ਮਾ ਖੜਾ ਕਰ ਸਕਾ ਯੋ ਇੱਕ ਬੜਾ ਸਵਾਲ ਬਣ ਗਿਆ ਪਰ ਇਹ ਦੇਖਣਾ ਹੋਵੇਗਾ ਇਸ ਦੇ ਵਿੱਚ ਮਾ ਭਗਵਾਨ ਤਮਨ ਆਰ ਇਸ ਕੀ ਪਾਰਟੀ ਕੀ ਆ ਫੈਸਲਾ ਲਵੇਗੀ ਆ ਰੁੱਦਰ ਭਗਵਾਨ ਤਮਾਨ ਕਹ ਰਿਹਾ ਇਹ ਯੋਗਤਾ ਟੈਸਟ ਮਾ ਪੰਜਾਬੀ 50% ਅੰਕ ਅੰਕ ਲੈਣ ਵਾਲੇ ਬੰਦੇ ਨੂੰ ਕਾ ਪੰਜਾਬ ਮਾ ਨੌਕਰੀ ਦਵਾਂਗੇ ਨਹੀਂ ਦੰਦੇ ਨਹੀਂ ਪਰ ਮੇਰਾ ਦਿਮਾਗ ਯੋ ਕਹਿ ਰਿਹਾ ਵੀਰ ਵੀ ਅਸਲ ਕੇ ਵਿਚ ਮਾ ਪੰਜਾਬ ਕੇ ਅੰਦਰ ਸਿਰਫ ਡੋਮੋਸਾਈਲ ਜਿਹੜਾ ਬੰਦਾ ਉਸ ਨੂੰ ਮਤਲਬ ਨੌਕਰੀ ਮਿਲੇ ਜਿਸ ਤਰ੍ਹਾਂ ਹਮਾਰਾ ਚਲੇ ਕੇ ਵਿਚ ਮਾ ਹਮਾਚਲਿਆ ਨਾ ਕਰਿਆ ਬਾ ਵੀ ਹਿਮਾਚਲ ਦੇ ਵਿੱਚ ਹਿਮਾਚਲ ਦਾ ਬੰਦਾ ਜਿਹੜਾ ਵਾਹੀ ਨੌਕਰੀ ਲੈ ਸਕਾ ਪਰ ਇਸ ਤਰ੍ਹਾਂ ਨਹੀਂ ਹੋ ਰਿਹਾ ਪੰਜਾਬ ਮਾ ਜਿਹੜਾ ਪੰਜਾਬੀ ਪਾਸ ਕੀ ਕੰਡੀਸ਼ਨ ਰੱਖੀ ਬਾਤੋਂ ਬਾਹਰਲੇ ਸਟੇਟਾਂ ਵਾਲਿਆਂ ਦਾ ਬਹੁਤ ਸੌਖੇ ਢੰਗ ਗੈਲਿਸ ਨੂੰ ਪੂਰਾ ਕਰ ਲਿਆ ਇਹ ਚੰਡੀਗੜ੍ਹ ਦੇ ਵਿੱਚ ਮੈਂ ਕਿਤਨੇ ਮੈਕਮਿਆਂ ਮਾ ਬਾਹਰਲੇ ਮੈਕਮਿਆਂ ਕਿ ਆਕਾ ਬਾਹਰਲੇ ਸਟੇਟਾਂ ਦੇ ਬੰਦੇ ਆ ਗਾ ਨੌਕਰੀਆਂ ਕਰ ਰਹੇ ਅਰ ਪੰਜਾਬੀ ਹਰੇਕ ਨੌਕਰੀ ਜਿੱਤਾ ਪੀ ਪੀ SCRRSS ਬੋਰਡ ABCD ਇਹ ਸਾਰੀ ਨੌਕਰੀਆਂ ਵਾਸਤਾ ਇਹ ਪੰਜਾਬੀ ਨੂੰ ਕਰੋ ਜ਼ਰੂਰੀ ਨਹੀਂ ਪੰਜਾਬੀਆਂ ਨੂੰ ਨੌਕਰੀ ਤਾਂ ਮਿਲੇਗੀ ਅਰ ਬਹੁਤ ਵਧੀਆ ਇਹ ਫੈਸਲਾ ਕੱਲ ਭਗਵਾਨ ਤਮਨ ਨੇ ਲਿਆ ਪਰ ਹਰਿਆਣੇ ਦੇ ਵਿੱਚ ਵੀ ਇਹ ਜ਼ਰੂਰੀ ਹੋਣਾ ਚਾਹੀਦਾ ਹਰਿਆਣੇ ਵਾਲਿਆਂ ਨੂੰ ਇਸਕੇ ਉੱਪਰ ਵਿਚਾਰ ਕਰਨਾ ਬਣਾ ਪਰ ਗੱਲ ਕਰਾਂ ਪੰਜਾਬ ਦੇ ਵਿੱਚ ਬਹੁਤ ਸਕੂਲਾਂ 'ਮਾ ਅੱਜ ਦੀ ਡੇਟ 'ਮਾ ਪੰਜਾਬੀ ਨੂੰ ਖਤਮ ਕਰਦੇ ਜਾ ਰਹੇ ਹੋ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਕਾ ਅੰਗਰੇਜ਼ੀਓ ਬੋਲੋ ਹਿੰਦੀ ਮਾਂ ਬਾਤ ਕਰੋ ਪੰਜਾਬੀ ਮਾਂ ਬਾਤ ਨਹੀਂ ਕਰਨੀ ਇਹਨਾਂ ਦਾ ਕੀ ਹੱਲ ਕਰਨਗੇ ਮਾਰੇ ਪੰਜਾਬ ਦੇ ਵਿੱਚ ਇਤਰਾਗੇ ਬੜੇ ਸਕੂਲ ਜਿਹੜੇ ਅੱਜ ਪੰਜਾਬੀ ਪੰਜਾਬੀ ਤੋਂ ਚਲੋ ਉਹ ਇਹ ਕਹ ਲੋ ਹੈ ਹੈ ਮਾਰੇ ਸਿੱਖੀ ਸਰੂਪ ਨੂੰ ਨਹੀਂ ਪਸੰਦ ਕਰਦੇ ਹੱਥਾਂ ਮਤੇ ਕੜਾ ਕੜਾ ਦਿਆਂ ਸ੍ਰੀ ਸਾਹਿਬ ਤਰਾ ਦਿਆਂ ਉਹਨ ਬੰਦੇ ਦਾ ਕੀ ਕਰਨਗੇ ਮਾਨ ਸਾਹਿਬ ਉਹਨਾਂ ਵਾਸਤੇ ਵੀ ਧੰਮ ਸੋਚੋ ਆਰ ਸੋਚਣਾ ਜੇ ਥੰਮਨਾ ਇਹ ਕਹ ਲੋ ਪਹਿਲਾਂ ਵੀ ਇਹੋ ਤਾਂ ਪੰਜਾਬੀ ਲਾਜ਼ਮੀ ਕਰੀ ਵੀ ਦੀ ਨਾ ਨਾ ਇਹ ਮਾਨ ਸਾਹਿਬ ਨੇ ਕੋਈ ਨਵਾਂ ਫੈਸਲਾ ਨਹੀਂ ਕਰਿਆ ਪਹਿਲਾਂ ਰਾਜ ਸਭਾ ਮੈਂਬਰ ਜਿਹੜੇ ਭੇਜੇ ਉਹਨਾਂ ਨੂੰ ਲਿਆਕਾ ਉਹਨਾਂ ਦਾ ਪੰਜਾਬੀ ਮਾ ਟੈਸਟ ਲੇਗਾ ਦੇਖੋ ਕਿਤਨੇ ਨੰਬਰ ਕਿਸ ਬੰਦੇ ਗਿਆ ਰੇ ਫੇਰ ਕਰਿਓ ਬਦਲਾਵ ਰਾਜ ਸਭਾ ਮੈਂਬਰ ਜਿਹੜੇ ਭੇਜੇ ਇਹਨਾਂ ਨੂੰ ਪਤਾ ਕਰੋ ਵੀ ਕਿਤਨੀ ਕਿਤਨੀ ਪੰਜਾਬੀ ਆਵਾਜ਼ ਕਿਤਨੀ ਕਿਤਨੀ ਨਹੀਂ ਆਂਦੀ एलान ਕਰਨੇ ਗੈਰ ਕੁਛ ਨਹੀਂ ਹੋਣਾ एलान ਤੋਂ एलान ਰਹਾ ਦੋ ਦਿਨ ਪਹਿਲਾਂ ਇਹੋ ਦੇਖ ਲਿਆ ਵੀ ਜਿੰਨੇ ਟੈਸਟ ਹੋਏ ਸਾਰੇ ਅੰਗਰੇਜ਼ੀ ਦੇ ਵਿੱਚ ਮਾ ਹੋਏ ਮੈਂ ਤਾਂ ਇਹੋ ਵੀ ਸੁਣਿਆ ਪਟਵਾਰੀਆਂ ਦੇ ਟੈਸਟ ਅੰਗਰੇਜ਼ੀ ਵਿੱਚ ਹੋਏ ਹੀ ਬਦੱਸੋ ਫੈਸਲੇ ਲੈਣ ਗੈਰ ਕੁਛ ਨਹੀਂ ਹੋਣਾ ਨੌਕਰੀ ਤੋਂ ਕਿਸੇ ਖਾਸ ਬੰਦੇ ਨੂੰ ਮਿਲ ਜਣੀ ਵੀਰਾ ਇਹੋ ਫੈਸਲੇ ਸਿਰਫ ਆਮ ਲੋਕਾਂ ਵਾਸਤਾ ਮ ਆ ਜਿਹੜੇ ਬੰਦੇ ਵਿਚਾਰੇ ਪੂਰਾ ਨਹੀਂ ਕਰ ਸਕਦੇ ਪਰ ਚਲੋ ਦੇਖੋ ਪੰਜਾਬੀ ਮਾਮੂਲੀ ਨੂੰ ਜੇ ਭਗਵਾਨ ਤਵਨ ਬਚਾ ਲੇਗਾ ਇਸ ਮਾ ਹੋਰ ਖੁਸ਼ੀ ਦੀ ਬਾਤ ਕਿਆ ਹੋ ਸਕਾ ਆਰ ਉਧਰ ਆਮ ਆਦਮੀ ਪਾਰਟੀ ਕਾ ਬਤਾਇਆ ਕਿ ਡਾਕਟਰ ਬਲਵੀਰ ਸਿੰਘ ਇਸ ਕੀ ਵਿਧਾਇਕੀ ਨੂੰ ਖਤਰਾ ਹੋ ਸਕਾ ਕਹੇ ਵੀ ਝਗੜੇ ਦੇ ਮਾਮਲੇ ਮਾਂ ਕਾਜ ਨੂੰ 3 ਸਾਲ ਕੀ ਕੈਦ ਹੋਈ ਵੀ ਇਹ ਵੀ ਦੇਖੋ ਇਸ ਕਾ ਕਿਆ ਹਾਲ ਹੋਵੇਗਾ ਕਹੇ ਵੀ ਯੋ ਆਪਣੀ ਵਿਧਾਇਕੀ ਤੇ ਜਾ ਸਕਾ ਖਤਰਾ ਪੈ ਗਿਆ ਕਾ ਪਰ ਮੈਂ ਕਹਿ ਰਹਾ ਵੀ ਪੰਜਾਬ ਕੇ ਵਿੱਚ ਖਾਸ ਕਰ ਕਾ ਆਮ ਆਦਮੀ ਪਾਰਟੀ ਕੇ ਵਿੱਚ ਜਿਹੜੇ ਜਿਹੜੇ ਬੰਦੇ ਆਗੇ ਮੁਰਾ ਡਾਕਟਰ ਨਾਮ ਲਾਇਆ ਡਾਕਟਰ ਡਾਕਟਰ ਚਾਹੇ ਵਾ ਮੌਜੂਦਾ ਚਾਹੇ ਸਾਬਕਾ ਚਾਹੇ ਛੱਡ ਗਿਆ ਪਾਰਟੀ ਡਾਕਟਰ ਯੋ ਡਾਕਟਰਾਂਗੇ ਮਾੜੇ ਦਿਨ ਚੱਲ ਰਹੇ ਵੀਰ ਦਿੱਲੀ ਦੇ ਵਿੱਚੋਂ ਡਾਕਟਰ ਕੁਮਾਰ ਵਿਸ਼ਵਾਸ ਕੇ ਘਰਾਂ ਪੰਜਾਬ ਪੁਲਿਸ ਪਹੁੰਚ ਗਈ ਆਰ ਚੰਡੀਗੜ੍ਹ ਡਾਕਟਰ ਸਿੰਘਲੇ ਨੂੰ ਭਗਵੰਤ ਮਾਨਾ ਚੱਕਾ ਪੁਲਿਸ ਭਾ ਦੇ ਦਿਆ ਆਰ ਈਵ ਡਾਕਟਰ ਬਲਵੀਰ ਜਿਸ ਨੂੰ ਰੋਪੜ ਅਦਾਲਤ ਨਾ 3 ਸਾਲ ਦੀ ਕਦਾ ਸਜ਼ਾ ਦੀ ਸਜ਼ਾ ਸੁਣਾਤੀ ਕੈਦ ਪਰ ਇਹੋ ਕਹ ਲੋ ਵੀ ਨਾ 50000 ਕਾ ਮੁਚਾਲ ਕਾ ਪਰ ਕਾ ਆਪਣੀ ਜਮਾਨਤ ਲੈ ਲਈ ਪਰ ਪੰਜਾਬ ਕੇ ਅੰਦਰ ਖਾਸ ਕਰ ਕਾ ਝਾੜੂ ਵਾਲਿਆ ਮਾਂ ਇਹੋ ਕਹ ਲੋ ਵੀ ਇਹੋ ਡਾਕਟਰ ਇਹਨਾਂ ਦੇ ਦਿਨ ਚੰਗੇ ਨਹੀਂ ਚੱਲ ਰਹੇ ਆਰ ਉਧਰ ਬਿਜੀ ਲੈ ਇਹੋ ਕਾ ਏਸ਼ੀਆ ਕੱਪ ਦੇ ਵਿੱਚ ਮਾਂ ਕਹਾ ਵੀ ਇੰਡੋਨੇਸ਼ੀਆ ਦੀ ਟੀਮ ਨੂੰ 16 ਗੋਲ ਠੋਕ ਕਾਕ 파ਰਤ ਸੁਪਰ ਚਾਰ ਕੇ ਵਿੱਚ ਮੈਂ ਜਗ੍ਹਾ ਬਣਾ ਕੇ ਬੈ ਗਿਆ ਇੰਡੋਨੇਸ਼ੀਆ 16 ਅੰਗੂਲ ਦੇ ਪਰ ਮਾੜੀਆਂ ਟੀਮਾਂ ਨੂੰ ਮਾਰੇ ਆਲੇ ਬਹੁਤ ਛੇਤੀ ਸਿੱਟ ਲਿਆ ਮੇਰਾ ਬਾਕੀ ਟੀਮਾਂ ਪਤਾ ਨਹੀਂ ਕਿਉਂ ਹਾਰ ਜਮਨ ਤੋਂ ਯੋਨੀ ਸਮਝ ਮੰਦੀ ਅਰ ਮੈਂ ਦਾ ਸਮ ਐਂਡ ਤੱਕ ਸਸਪੈਂਸ ਬਣਾ ਕੇ ਰੱਖਿਆ ਸਰਦਾਰ ਨੂੰ ਕਹਿ ਲੋ ਬੈਠਣ ਨਹੀਂ ਦਿਆ ਮੈਂ ਚੱਕਾ ਘੇ ਲੈ ਲੈ ਗੇਂਦ ਅਰ ਜਾ ਕਾ ਕਰ ਕਾ ਗੋਲ ਪਾਕਿਸਤਾਨ ਦੇ ਬਰਾਬਰ ਜਾਪਾਨ ਤੇ ਹਾਰ ਗਏ ਇਹ ਵਧੀਆ ਨਤੀਜੇ ਕਹਿ ਸਕਾਂ ਜਾਂ ਨਹੀਂ ਕਹਿ ਸਕਾਂ ਇਹ ਤੁਹਮ ਇਸका ਆਪ ਜਵਾਬ ਦੇ ਦਿਓ ਆਪਾਂ ਨੂੰ ਆਕੀ ਜਿਆਦਾ ਖੇਲਣੀ ਨਹੀਂ ਆਂਦੀ ਇਸ ਕਰਕੇ ਮੈਂ ਜਿਆਦਾ ਕਹਿੰਦਾ ਨਹੀਂ ਹੁਸ ਔਰ ਬਿਜੀਲੈਂਸ ਨਾਲ 20 ਲੱਖ ਰੁਪਏ ਦਾ ਕਬੜਾ ਕਰਨ ਵਾਲੇ ਦੋਸ਼ੀ ਪੰਚਾਇਤ ਪਾਕੇ ਦੋ ਜੀ ਇੱਕ ਪੰਚਾਇਤ 77 ਦੋ ਸਰਪੰਚਾਂ ਖਿਲਾਫ ਮੁਕਦਮਾ ਕਰਤਾ ਦਰਜ ਆ ਲੱਗ ਰਿਹਾ ਵੀ ਜੇਲਾ ਮੈਨੂੰ ਲੱਗ ਰਿਹਾ ਪੰਜਾਬ ਦੇ ਵਿਚਵੇਂ ਉਹ ਘਟ ਜੇਗੇ ਜੇਲਾ ਨਹੀਂ ਪੂਰੀਆਂ ਪੈਣੀਆਂ ਜੀਸਸ ਸਾਹਿਬ ਕਾ ਰੋਜ ਬੰਦਿਆਂ ਨੂੰ ਫੜ ਫੜ ਕੇ ਅੰਦਰ ਦੇ ਰੇ ਵੀਰਾ ਹਵਾ ਲਾਤੀਆਂ ਵਾਲੀਆਂ ਔਰ ਕੈਦੀਆਂ ਵਾਲੀਆਂ ਜੇਲਾ ਬਧਾਣੀਆਂ ਪਵੈਗੀਆਂ ਔਰ ਜੀਸਸ ਸਾਹਿਬ ਕਾ ਲਿਓ ਬੰਦਿਆਂ ਨੂੰ ਚੱਕਿਆ ਜਾ ਰਿਹਾ ਜੀਸਸ ਸਾਹਿਬ ਕਾ ਲਿਓ ਕਪੜੇ ਨਿਕਲ ਨਿਕਲ ਕੇ ਸਾਹਮਣੇ ਆ ਰਹੇ ਵੀਰਾ ਔਰ ਸਾਰੇ ਸਰਪੰਚਾਂ ਕੀ ਇਨਕੁਆਰੀ ਕਰੋ ਅਰ ਯੋਵਾਦ ਪੱਕੀ ਵੀ ਪੰਚਾਇਤ ਮੈਕਮਾਂ ਸਾਰਿਆਂ ਦੇ ਜ਼ਿਆਦਾ ਪੈਸੇ ਖਾ 100 ਵਿੱਚੋਂ 30% ਪੈਸੇ ਖਰਚਾ ਬਾਕੀ ਕੀ ਯੋ ਕਹ ਲੋ ਵੀਰ ਇਨਕੁਆਰੀ ਹੋਣੀ ਚਾਹੀਦੀ ਪੈਸਾ ਗਿਆ ਕਿੱਥਾ ਸਾਰੇ ਸਰਪੰਚਾਂ ਦੀ ਇਨਕੁਆਰੀ ਕਰੋ ਔਰ ਫਿਰ ਪਤਾ ਲੱਗੇਗਾ ਅਰ ਮੈਂ ਗਰੰਟੀ ਕਰ ਕੇ ਕਹਿ ਰਿਹਾ ਜੇ ਸਾਰੇ ਸਰਪੰਚਾਂ ਦੀ ਇਨਕੁਆਰੀ ਕਰੀ ਅਰ 30% ਪੰਜਾਬ ਦਾ ਕਰਜ਼ਾ ਤੋਂ ਥਾਰਾ ਸਿਰ ਤੇ ਇਤਨੇ ਉਤਰ ਜਾਏਗਾ ਯੋ ਬੰਦੇ ਇਤਨਾ ਤਰ੍ਹਾਂ ਪੈਸਾ ਦੱਬੀ ਬੈਠੇ ਅੰਦਰ ਅਰ ਜੀਣਾ ਨਾ ਕਾਪੜਾ ਕਰਿਆ ਇਨ ਬੰਦਿਆਂ ਵਾਤੇ ਸਮੇਤ ਵਿਆਜ ਸਾਰਾ ਪੈਸਾ ਵਾਪਸ ਲੋਕ ਸਰਕਾਰੀ ਖਜ਼ਾਨੇ ਵਿੱਚ ਪਰਵਾਹ ਹੋਇਓ ਬੰਦਿਆਂ ਦੇ ਵੀ ਕਿੱਥਾ ਗਿਆ ਇਹ ਪੈਸਾ ਅਰ ਜਿਹੜੇ ਨਹੀਂ ਦੇਰੇ ਡਬਲ ਰੋਟੀਆਂ ਵੀ ਸਿੱਖੋ ਫਿਰ ਇਨ ਗਿਆ ਤਾਂ ਜਾਗਾ ਲੋਕ ਟੀਕੇਗੇ ਨਹੀਂ ਤਾਂ ਵੀਰੇ ਇਹ ਖਜ਼ਾਨਾ ਭਗਵੰਤ ਕਹਿ ਰਿਹਾ 30% ਭਰ ਗਿਆ ਇਹੋ ਭਰਨਾ ਨਹੀਂ ਇਹ ਸਾਫ ਗੱਲ ਅਰ ਕ੍ਰੂਡਰ ਤੇ ਕਮਾਣੇ ਵਾਲਾ ਇਹ ਕਹਿ ਲੋ ਨਵਜੋਸ਼ ਸਿੱਧੂ ਪਟਿਆਲੇ ਵਾਲੀ ਜੇਲ੍ਹ ਕੇ ਵਿੱਚ ਮੈਂ ਬਣ ਗਿਆ ਕਲਰਕ ਦਲਾਰਕ ਨੂੰ ਆਣ ਗਿਆ 40 ਰੁਪਏ ਕਾ ਦਿਹਾੜੀ ਮਿਲੇਗੀ ਨਵਜੋਤ ਸਿੰਘ ਸਿੱਧੂ ਨੂੰ ਪਰ ਮੈਂ ਇੱਕ ਵਾਰ ਦੱਸਾਂ ਵੀ ਰੱਬ ਨੂੰ ਹਮੇਸ਼ਾ ਯਾਦ ਰੱਖੋ ਮੈਂ ਮੈਨੂੰ ਭੁੱਲ ਜੋ ਉਸਦੀ ਲਾਠੀ ਮਾਂ ਬਾਜ ਨਹੀਂ ਹੁੰਦੀ ਵੀਰਾ ਕਦ ਅਰਸ਼ ਤੇ ਫਰਸ਼ ਪਾ ਲਿਆਗਾ ਬਿਠਾ ਦੇ ਬੰਦੇ ਨੂੰ ਅ ਰੱਬ ਮੈਂ ਤੋ ਜੋ ਕਾਹ ਵੀ ਇਨਕੀ ਜੇਲ੍ਹ ਕੀ ਕਮਾਈ ਮੈਂ ਬਰਕਤ ਪਾਏ 40 ਰੁਪਏ ਕਾ ਤੇ ਸੁਪੀ ਲੈ ਕਰਿਆ ਘਰ ਮੈਨੂੰ ਨਹੀਂ ਸਮਝਵਾਂਦੇ ਸਿੱਧੂ ਪੈਸੇ ਕਿਤੇ ਨੇ ਭੇਜੇਗਾ ਕਿ ਵੀ ਨਵਜੂਦ ਕਾਰ ਸਿੱਧੂ ਕੱਲ ਕਹਿ ਰਹੀਦੀ ਦਾ ਹੈ ਬੇਰਾ ਮਨ ਨਾ ਕੋਈ ਕਹਾ ਮਾੜਾ ਕੰਮ ਕਦੇ ਕਰਿਆ ਨਹੀਂ ਮਾਰ ਤੋ ਜੋ ਪੈਸੇ ਆਦੇ ਉਸਕੇ ਲ ਘਰ ਕਾ ਗੁਜ਼ਾਰਾ ਚੱਲ ਰਿਹਾ ਆ 40 ਰੁਪਏ ਦਿਹਾੜੀ 40 ਕਾ ਤੋ ਸੂਪ ਹੀ ਲੇ ਕਰੇਗਾ ਦੱਸ ਉੱਥਾ ਅੰਦਰ ਕਿ ਰੋਟੀ ਖਾਣੀ ਬੰਦ ਕਰੀ ਵੀ ਡਾਕਟਰਾਂ ਨੇ ਸੂਪ ਪੀਓ ਕਹਾ ਅਰ ਦਿਹਾੜੀ ਘਟ 40 ਰੁਪਏ ਅਰ 40 ਰੁਪਏ ਕੇ ਵਿੱਚ ਮੈਂ ਉਹ ਵੀ ਰੋ ਦੱਸ ਵੀ ਜੇ ਉੱਥਾ ਯਾਰ ਦੋਸਤ ਵੀ ਜਿਹੜੇ ਅੰਦਰ ਕੋਈ ਹੈ ਨੇ ਕਿਸ ਨੂੰ ਚਾਹ ਪਾਣੀ ਕੋ ਚਾਹ ਮੱਠੀ ਘਲਾਣੇ ਪੀ ਗਈ ਫੇਰ ਪੈਸੇ ਕਿੱਥਾ ਹੋਵੰਗੇ ਪੂਰੇ ਹਰ ਸਭ ਤੋਂ ਬੜੀ ਬਾਤ ਯੋ 40 ਰੁਪਏ ਦੇ ਵਿੱਚ ਮੈਂ 1% ਯੋ ਵੀ ਨਹੀਂ ਪਤਾ ਵੀ ਸਿੰਗਲਾ ਸਾਹਿਬ ਵੀ ਨਾ ਕਹਦੇ ਵੀ 1% ਵੀਰ ਮੇਰਾ ਬਣਾ ਕਿਉਂਕਿ 1% ਵਾਲੀ ਮੋਹਰ ਸਿੰਗਲੇ ਪਾ ਲੱਗੀ ਆ ਸਿੰਗਲਾ ਬਹੁਤ ਜਲਦ ਪਹੁੰਚਣੇ ਵਾਲਾ ਉੱਥਾਈ ਜਿੱਥਾ ਯੋ ਪਹੁੰਚੇ ਵੀ ਸਾਰੇ ਆ ਲੋਕ ਦੇਖ ਲਿਓ ਕੰਮ ਲੱਭਣ ਵਾਸਤਾ ਬਾਹਰਲੇ ਮੁਲਖਾਂਾਂ ਮਾ ਜਾਵਾ ਪਰ ਨਵਜੋਤ ਸਿੰਘ ਸਿੱਧੂ ਪਹਿਲਾ ਇਸ ਤਰ੍ਹਾਂ ਦਾ ਬੰਦਾ ਜਿਹੜਾ ਕੰਮ ਲੱਭਣ ਵਾਸਤਾ ਜੇਲ੍ਹ ਦੇ ਅੰਦਰ ਗਿਆ ਲੋਕ ਬਾਹਰ ਜਾ ਰਹੇ ਯੋ ਅੰਦਰ ਆ ਰਿਹਾ ਅਰ ਕਹੀ ਚਲਣੀ ਜੇ ਪੈ ਜਾਂਦੀ ਸਿੱਧੂ ਸਾਹਿਬ ਨੂੰ ਫੇਰ ਪਤਾ ਲੱਗਦਾ ਵੀ ਦਿਹਾੜੀ ਲਗਾ ਕਿਤਰਾ ਅਰ ਕਿਤਨੇ ਪੈਸੇ ਦਿਹਾੜੀ ਕੇ ਹੋਣੇ ਚਾਹੀਦੇ ਇਹ ਦੋਏ ਹੱਥਾਂ ਦੇ ਵਿੱਚ ਮੈਂ ਗੇਰਗਾ ਥੁੱਕ ਫੇਰ ਵਿੰਡੇ ਨੂੰ ਫੜਨ ਦੇ ਪਹਿਲਾਂ ਕਿਆ ਕਰਦਾ ਠੋਕੋ ਤਾਲੀ ਚਲੋ ਇਹ ਕੱਖ ਆ ਕੱਖ ਖੁਰਚ ਲੈ ਕੰਮ ਵੀਰ ਮਿਲਿਆ ਇਸ ਕੇ ਬਾਤ ਬਾਤ ਮੁਬਾਰਕਾ ਸਰਕਾਰੀ ਨੌਕਰੀ ਲਗਣ ਤੇ ਯੋ ਕਹ ਲੋ ਯੋ ਬਧਿਆ ਗੱਲ ਵਿਚਰੋ 1200 ਰੁਪਏ ਪ੍ਰਤੀ ਮਹੀਨਾ ਸਿੱਧੂ ਸਾਹਿਬ ਦੀ ਨੌਕਰੀ ਦੀ ਤਨਖਾਹ ਲੱਗ ਗਈ ਇਹ ਬਣ ਗਈ ਮੌਜਾਂ ਨਾਲੇ ਪੁੰਨ ਨਾਲੇ ਫਲੀਆਂ ਸਿੱਧੂ ਕਹੇ ਕਰਤਾ ਵੇ ਘਾਟਾ ਬਾਹਰ ਵੇਲਾ ਤੱਕੇ ਖਾਂਦਾ ਯੋ ਕੀ ਕਰੇ ਕਰਤਾ ਕਦੇ ਹਾਥੀ ਪਾ ਚੜ ਗਿਆ ਕਦੇ ਕਿਤੇ ਚਲਿਆ ਗਿਆ ਕਦੇ ਕਿਤੇ ਬਾਰਡਰ ਵਾਲੇ ਏਰੀਆ ਮੇ ਚਲੇ ਈ ਘਟੋਗਾ ਟੁੱਠਾ ਬੈਠ ਕੇ ਆਰਾਮ ਗੈਲ ਆਪਣਾ ਨੌਕਰੀ ਤੋਂ ਕਰੇਗਾ ਨਹੀਂ ਡਿਗਰੀਆਂ ਲੇਗਾ ਖੁਮਰੇ ਲੋਕ ਬਾਜ਼ਾਰ ਕੇ ਵਿੱਚ ਮੈਂ ਕੋ ਪੁੱਛਿਆ ਇਹਨਾਂ ਨੂੰ ਇਹ ਮੈਂ ਤਾਂ ਇਹ ਕਹ ਰਿਹਾ ਵੀ ਸਿੱਧੂ ਸਾਹਿਬ ਦਾ ਇਹ ਵੀਪੀਐਲ ਕਾਰਡ ਵੀ ਤਿਆਰ ਕਰ ਦੋ ਪੜਿਆ ਲਿਖਿਆ ਹੈ আর ਜੇਲ੍ਹ ਕੇ ਵਿੱਚੋਂ ਕਲਰਕ ਲੱਗ ਗਿਆ ਨਹੀਂ ਤਾਂ ਵੀਰ ਬਣਾਈ ਜਾਂਦਾ ਉੱਥਾ ਸੂਪ ਤਿਆਰ ਕਰੀ ਜਾਂਦਾ ਉੱਥਾ ਰੋਟੀਆਂ ਪਕਾਈ ਜਾਂਦਾ ਹਰ ਕਦੇ ਸੋਚਿਆ ਦਾ ਵੀ ਉਹ ਦੀ ਨਾਵੇਂਗੇ ਅਰ ਬਾਕੀ ਇਹ ਬੰਦੇ ਕਹ ਰਹੇ ਕਾ ਸਿੱਧੂ ਨੂੰ ਕਲਰਕ ਲਾਤਾ ਕਲਰਕ ਲਾਤਾ ਚੰਗੀ ਬਾਤ ਨਹੀਂ ਕਰੀ ਬੱਸ ਜੇਲ੍ਹ ਦੇ ਵਿੱਚ ਮੈਂ ਕਲਰਕ ਲਾਤਾ ਇਹ ਜੇਲ੍ਹ ਵਿੱਚ ਕਲਰਕੇ ਲੈਣਾ ਦਾ ਹੋਰ ਜੇਲ੍ਹ ਵਿੱਚ ਕਿਹੜਾ ਸਿੱਧੂ ਨੂੰ ਥਾਪਟਵਾਰੀ ਲੈਣਾ ਦਾ ਵੀ ਸਾਰੇ ਜੇਲ੍ਹ ਕੀ ਗਰਦੌਰੀ ਕਰੀ ਚੱਲ ਜੋ ਕੰਮ ਹੈ ਵਾਈ ਦਵਾਂਗੇ ਨਾ ਅੰਦਰ ਚਲੋ ਖੈਰ ਅਰ ਨਸਾ ਤਸਕਰੀ ਦਾ ਜਿਹੜਾ ਇਹ ਉਹ ਕੋਲੋ ਬੰਦਾ ਜਗਦੀਸ਼ ਭੋਲਾ ਕਾ ਇਸਪਾਸ ਸਮਾਰਟਫੋਨ ਬਰਾਮਦ ਹੋਇਆ ਸਮਾਰਟਫੋਨ ਲਈ ਬੈਠਿਆ ਦਾ ਆਰ ਇਹ ਭਗਵੰਤ ਜੀ ਸਰਕਾਰ ਨੂੰ ਬੇਨਤੀ ਕਰਾਂ ਵੀ ਜਿਹੜੇ ਬੰਦੇ ਜੋ ਫੋਨ ਚੱਕਾ ਲੈ ਗਏ ਅੰਦਰ ਇਹਨਾਂ ਦੇ ਉੱਪਰ ਪਾਓ ਹੱਥ ਪਤਾ ਕਰੋ ਕਿਹੜਾ ਲੈ ਗਿਆ ਅੰਦਰ ਕਿਹੜਾ ਸੀਮਤਾ ਉਸ ਬੰਦੇ ਦਾ ਕਰੋ ਪਰਚਾ ਦਰਜ ਹੈ ਵੀ ਜੇ ਜਗਦੀਸ਼ ਭੋਲੇ ਦਾ ਫੋਨ ਮਿਲਿਆ ਫਿਰ ਦੋ ਤਿੰਨ ਤੋਂ ਜਰਨੈਲ ਵੀ ਅੰਦਰ ਬੈਠੇ ਇਹਨਾਂ ਪਾ ਕਿਆ-ਕਿਆ ਮਿਲੇਗਾ ਇਹੋ ਵੀ ਸੋਚਣ ਵਾਲੀ ਬਾਤ ਬਣ ਗਈ ਅਰਦਰ ਸਿੱਧੂ ਫੈਲਾ ਚੈੱਕ ਕਰਨ ਲਾਇਆ ਵਾ ਆਰ ਪੋਲਾ ਇਹ ਦੇਖ ਲਓ ਵੀ ਮੈਂ ਤਾਂ ਯੋ ਹੀ ਕਾਂ ਵੀ ਤਾਉ ਬਚ ਕੇ ਰਹਿ ਬਿਰ ਇਹ ਸਿੱਧੂ ਅੰਦਰ ਆ ਗਿਆ ਈਸ਼ਕਾ ਕੋਈ ਤਵਾਰ ਨਹੀਂ ਕਾ ਦਾ ਥਾਲੀ ਧੋਕ ਦੇ ਆਰ ਇਸ ਨੂੰ ਕਹਿ ਦਿਆ ਵੀਰ ਭਗਵਾਨਤ ਮਾਨ ਇਹ ਬਰ ਚੈੱਕ ਕਰੇ ਵੀ ਉਹ ਮੋਬਾਈਲ ਫੋਨ ਆਇਆ ਕਿੱਥੇ ਤੇ ਆਰ ਅੰਦਰ ਜਿਹੜੇ ਹੋਰ ਬੈਠੇ ਇਹ ਇਹ ਉਹ ਚਾਹੇ ਹਵਾਲਾ ਤੀ ਚਾਹੇ ਵੀਰ ਯੋ ਕੈਦੀ इना के ऊपर जाकर चेक करो भी इनके ऊपर और क्या क्या निकलेगा और सिम जिस बंदे के ना इसके ऊपर परचा करो और सुपरिडेंट नुललत करो यो हो सका और उधर नाकामियां नाकामिया वास्ता का स्टंट कर रही कहा आम आदमी पार्टी की सरकार रवनीत बिट्टू का बयान मैं तो इसका बयान सुनकर हैरान रह गया दस का स्टंट कर रहे कहा का नाकामियां लगा वास्ता अपनी जिस सिंगलेन चाका करते वाह हर करते वाह करते ਪਰ ਮੈਂ ਜੋ ਕਹਾ ਵੀ ਜੇ ਇਤਰਾਹ ਕੇ ਸਟੈਂਟ ਥੰਮ ਕਰੇ ਹੁੰਦੇ ਨਾ ਕਾਂਗਰਸ ਪਾਰਟੀ ਦਾ ਪੰਜਾਬ ਮਾ ਜੋ ਹਾਲ ਨਹੀਂ ਦਾ ਆਉਣਾ ਥਾਂਨੇ ਤੋਂ ਇਹ ਸਟੈਂਟ ਕਰੇ ਹੀ ਨਹੀਂ ਹੈ ਅਰ ਜਾ ਕਾ ਵੀਰ ਜੇ ਥਾਰੇ ਪਾ ਈਬ ਜਾ ਕਾ ਉਥਾ ਪੁੱਛੋ ਵਜੀਫੇ ਚੱਕੇ ਜੀ ਨਾ ਨੇ ਜੋ ਕਰਿਆ ਉਹਨਾਂ ਨੂੰ ਪੁੱਛੋ ਅਰ ਈਬ ਥੰਮ ਮੈਂ ਤਾਂ ਬਿੱਟੂ ਸਾਹਿਬ ਨੂੰ ਜੋ ਹੀ ਕਹਾ ਵੀ ਥੰਮ ਥੋੜਾ ਜਿਹਾ ਹਿਸਾਬ ਗਿਆ ਚੱਲੂ ਕਿਉਂਕਿ ਰਾਜ ਕੈਪਟਨ ਅਮਰਿੰਦਰ ਸਿੰਘ ਕਾ ਕੋਈ ਇਤਬਾਰ ਨਹੀਂ ਕਿਸ ਬੰਦੇ ਕਾ ਕਦ ਨਾ ਲੈਦੇ ਯੋ ਕਿ ਰਾਜਾ ਕਰਦਾ ਕਾ ਮੈਂ ਦੱਸਾਂ ਕਿਹੜੇ ਕਿਹੜੇ ਮੰਤਰੀਆਂ ਨੇ ਕਿਆ-ਕਿਆ ਕਰਿਆ ਹੈ? ਹਰ ਥੰਮ ਕਰੇ ਨਕਾਮੀਆਂ ਨਕਾਮੀਆਂ ਦਾ ਸਬਿਥਾਨਾ ਕਿਹੜੀਆਂ ਪ੍ਰਾਪਤੀਆਂ ਕਰੀਆਂ ਵਾਹ ਵੀ ਤੋ ਦੱਸੋ ਨਾ ਵੀ ਮਾਨਾ 5 ਸਾਲਾਂ ਵਿੱਚ ਯੋ ਕਰਿਆ ਹੈ ਕਦੇ ਯੋ ਕਾਹ ਵੀ ਯੋ ਗੱਲ ਹੋ ਗਈ ਕਦੇ ਵਾਹ ਹੋ ਗਿਆ ਕਦੇ ਬਾਹ ਹੋ ਗਿਆ ਪਰ ਯੋ ਕਰੋ ਵੀਰ ਥਾਰੇ ਤੇ ਯੋ ਵੀ ਨਹੀਂ ਹੋਇਆ ਅਰ ਚੰਨੀ 3 ਮਹੀਨਾ ਵਾਸਤਾ ਲਾਇਆ ਦਾ ਦੇਖ ਲਿਓ ਕਿਤਨੇ ਪੈਸੇ ਮਿਲੇ ਇਸਕੇ ਪਤੀ ਜਿਗਰਾ ਟੇਰ ਲਗੇ ਪਏ ਨੇ ਨੋਟ ਮਸ਼ੀਨ ਵੀ ਗਰਮ ਹੋ ਗਈ ਪੈਸੇ ਗਿਣਨ ਵਾਲੀ 4 ਸਾਲ ਮਾ ਥਾਰੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਦਾ ਗੇੜ ਤੋਂ ਖਲਾ ਨਹੀਂ ਹੋਇਆ ਸਾਢੇ 4 ਸਾਲ ਰਾਜਾ ਸਿਸਵਾ ਫਾਰਮ ਬੈਠੇ ਰਹਾ ਥਾਮ ਕਹਰੇ ਜੀ ਕਾ ਨਕਾਮੀ ਲਗੋ ਰਹੇ ਆਪਣੀਆਂ ਅਰ ਪਟਿਆਲੇ ਵਾਲਾ ਦੇਖ ਲਿਓ ਵੀਰ ਦਿੱਲੀ ਲੈ ਕਾ ਜਾਇਆ ਕਰਤਾ ਫੈਲ ਵੀ ਉਹ ਬੰਦੇ ਨੇ ਉਹ ਕਰਿਆ ਪਰ ਉਸकी ਬੇਚਾਰੇ ਦੀ ਹਿੰਮਤ ਨਹੀਂ ਬਣੀ ਕਦੇ ਕਿਸੇ ਵਾ ਕਾਰਵਾਈ ਕਰ ਦੇ ਹਰ ਇਹੋ ਬਾਤ ਗਰੰਟੀ ਕੀ ਜੇ ਇਹੋ ਹੀ ਕੰਮ ਆ ਲੰਗੀਆਂ ਸਰਕਾਰਾਂ ਕੀ ਸੀ ਮੰਤਰੀਓਂ ਕੱਦੀ ਥਾਣਾ ਕਲੀਨ ਚਿੱਟ ਕੱਢਗਾ ਹੱਥ ਮ ਫੜਾਈ ਵੀ ਹੁੰਦੀ ਵੀ ਉਹ ਤੋਂ ਬੰਦਾ ਬਿਲਕੁਲ ਪਾਕ ਸਾਫ ਇਸਨੇ ਕਰੇਗਾ ਅੱਖ ਨਹੀਂ ਚਲੋ ਘਰ ਲਾਡਾ ਡਿਸਕਸ਼ਨ ਡੇ ਪ੍ਰੋਗਰਾਮ ਦੇ ਵਿੱਚ ਮ ਇਹੋ ਆ ਜਗੀਆਂ ਬੜੀਆਂ ਖਬਰਾਂ ਕੱਲੂ ਇਸੇ ਟਾਈਮ ਥਾਰੇ ਨਾਲ ਫੇਰ ਗਾਂ ਗੱਲਬਾਤ ਅਰੀਫ ਸਾਰਿਆਂ ਨੂੰ ਲਾਡੇ ਕੀ ਪਿਆਰ ਭਰੀ ਸਾਸਤ੍ਰੀ ਘਰ